Bismillahirrahmanirrahim. Allahumma salli ala Muhammad wa ali Muhammad wa ajil ala zuhure. Assalamu alaikum tufayyali ila salatu wa salam adad. Tamam mu'minin, tamam shiyan hadar ikrar. Tamam muhibbane amirul mu'minin, fidayan vilayat amirul mu'minin Ali ibn Abi Talib alayhi salatu wa salam. Tamam mu'minin, salam aur yali madad. Haliya dinan de andar ek farman imam Jafar o Hazrat imam Sajjad alayhi salatu wa salam da ek farman jehda main chinotic majlis ch padhya. ਜਿਸ ਵਿੱਚ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਦੇ ਫਰਮਾਨ ਨੂੰ ਕੁਝ ਲੋਕਾਂ ਨੇ ਅਮਲ ਦੀ ਇੱਕ ਮਜਲਿਸ ਜਿਸ ਦਾ ਮੌਜੂਦ ਤਕਵਾ ਆਈ ਉਸ ਦੇ ਦਰਮਿਆਨ ਵਿੱਚ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਦੇ ਇੱਕ ਮੁਸਤਨਦ ਫਰਮਾਨ ਪੜਿਆ ਗਿਆ ਜਿਸ ਦਾ ਹਵਾਲਾ ਜਾਤ ਵੀ ਮੈਂ ਅੱਜ ਮਿੰਬਰ ਤੋਂ ਦੇ ਚੁੱਕਿਆ ਔਰ ਜ਼ਹੇ ਨਸੀਬ ਕਿ ਅੱਜ ਮੇਰੀ ਮੁਲਾਕਾਤ ਸਰਕਾਰ ਸ਼ਫਕਤ ਬਾਦਸ਼ਾਹ ਸਰਕਾਰ ਔਰ ਸਰਕਾਰ ਅਲੀ ਬਾਦਸ਼ਾਹ ਸਰਕਾਰ ਨਾਲ ਹੋਈ ਔਰ ਉਹਨਾਂ ਦੇ ਕੋਲ ਜਦੋਂ ਮੁਲਾਕਾਤ ਹੋਈ ਤਾਂ ਮੁਲਾਕਾਤ ਦੇ ਵਿੱਚ ਮੈਂ ਮੌਕਫ ਰੱਖਿਆ ਕਿ ਮੇਰੇ ਸ਼ਹਿਨਸ਼ਾਹ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਦੇ ਇਸ ਫਰਮਾਨ ਨੂੰ ਲੋਕ ਤੋਹੀਨ ਸਾਦਾਤ ਦੇ ਜ਼ੁਮਰੇ ਵਿੱਚ ਲੈ ਰਹੇ ਨੇ ਕਿਸ ਨਾਲ ਤੋਹੀਨ ਸਾਦਾਤ ਹੋਈ ਹੈ ਜਦਕਿ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਦਾ ਇਹ ਫਰਮਾਨ ਮਹਾਜ਼ ਇੱਕ ਅਮਲ ਤੇ ਆਈ ਕਿ ਅਮਲ ਨਾਲ ਨਿਜਾਤ ਹੋ ਸੀ ਜਿਸ ਵਿੱਚ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਨੇ ਵਾਜ਼ੇ ਤੌਰ ਤੇ ਫਰਮਾਇਆ ਹੈ ਕਿ ਚਾਹੇ ਕੁਰੇਸ਼ੀ ਕਿਉਂ ਨਾ ਹੋਵੇ ਉਹ ਆਪਣੇ ਅਮਾਲ ਦਾ ਬਦਲਾ ਹਾਸਿਲ ਕਰ ਸੀ ਤੋ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਸਖੀ ਫਰਮਾ ਰਹੇ ਹਨ ਕਿ ਅਬੂ ਲਾਹਬ ਵੀ ਕੁਰੇਸ਼ੀ ਚੁਆਈ ਔਰ ਨੂਹ ਅਲੈਹਿ ਸਲਾਮ ਦਾ ਬੇਟਾ ਵੀ ਜਿਹੜਾ ਉਹ ਵੀ ਆਲੇ ਨਬੀ ਵਿੱਚ ਆਏ ਲੇਕਿਨ ਅਮਲ ਦੇ ਨਖੇੜੇ ਨਾਲ ਜਿਹੜਾ ਜੰਨਤ ਦਾ ਹੱਕਦਾਰ ਉਸ ਨੂੰ ਜੰਨਤ ਮਿਲ ਸੀ ਔਰ ਜਿਹੜਾ ਅਮਾਲੇ ਬਦ ਜਿਸ ਦੇ ਉਸ ਨੂੰ ਉਸ ਦਾ ਅਮਾਲ ਉਸ ਦਾ ਬਦਲਾ ਦਿੱਤਾ ਜਾ ਸੀ ਸਰਕਾਰ ਦੀ ਬਾਰਗਾਹ 'ਚ ਅਸੀਂ ਪਹੁੰਚੇ ਹਾਂ ਤਾਂ ਮੈਂ ਪੂਰੀ ਗੱਲ ਬਾਦਸ਼ਾਹਾਂ ਦੇ ਸਾਹਮਣੇ ਰੱਖੀ ਏ ਔਰ ਉਹਨਾਂ ਨੂੰ ਮੈਂ ਚੁੱਕੇ ਵਾਰਿਸ ਹਨ ਇਮਾਮ ਬਾਰਗਾਹ ਅਜ਼ਾਦਾਰੀ ਮਾਤਮਦਾਰੀ ਜਾਮਰਾ ਸਟੇਟ ਜਾਮਰਾ ਦਾ ਇੱਕ ਮਕਾਮ ਹੈ ਅਜ਼ਾਦਾਰੀ ਦੇ ਅੰਦਰ ਤੋ ਸਰਕਾਰ ਸ਼ਫਕਤ ਬਾਦਸ਼ਾਹ ਸਰਕਾਰ ਅਲੀ ਬਾਦਸ਼ਾਹ ਬਾਦਸ਼ਾਹ ਸਾਹਮਣੇ ਮੈਂ ਸਾਰੀ ਗੱਲ ਰੱਖੀ ਔਰ ਉਹਨਾਂ ਨੇ ਇਸ ਬਾਤ ਤੇ ਦੁਆ ਦਿੱਤੀ ਕਿ ਇਸ ਬਾਤ ਤੇ ਸਿਰਫ ਇਮਾਮ ਸਜਾਦ ਅਲੈਹਿ ਸਲਾਤੁ ਵਸਲਾਮ ਦਾ ਇੱਕ ਫਰਮਾਨ ਪੜਿਆ ਗਿਆ ਨਾ ਕਿ ਸਾਦਾਤ ਦੀ ਕੋਈ ਅਹਾਨਤ ਕੀਤੀ ਗਈ ਏ ਔਰ ਮੁਸਤਨਦ ਰਿਵਾਇਤ ਆਈ ਸੈਯਦ ਸਾਜਿਦੀਨ ਅਲੈਹਿ ਸਲਾਤੁ ਵਸਲਾਮ ਦੀ ਜਿਹੜੀ ਪੜੀ ਗਈ ਏ ਉਸ ਦੇ ਬਾਅਦ ਅਗਰ ਕੁਝ ਲੋਕ ਆਪਣੀ ਜ਼ਾਤੀਆਤ ਵਾਸਤੇ ਅਗਰ ਇਸ ਫਰਮਾਨ ਨੂੰ ਮਰੋੜ ਕੇ ਕਿਸੇ ਹੋਰ ਸ਼ਕਲ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅੱਲਾ ਉਹਨਾਂ ਨੂੰ ਹਿਦਾਇਤ ਦੇਵੇ ਬਾਕੀ ਸਰਕਾਰ ਮੌਜੂਦ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਕੱਲ ਵੀ ਅਲਹਮਦੁਲਿਲਾ ਸਾਡੀ ਬੁਨਿਆਦੀ ਹੁਰਮਤ ਸਾਦਾਤ ਏ ਅਸੀਂ ਹਰ ਦੌਰ ਵਿੱਚ ਸਾਦਾਤ ਦੀ ਇੱਜ਼ਤ ਵਾਸਤੇ ਕੁਰਬਾਨੀਆਂ ਦਿੱਤੀਆਂ ਖਿਦਮਾਤ ਪੇਸ਼ ਕੀਤੀਆਂ ਔਰ ਅਸੀਂ ਕਰਦੇ ਰਸਾਂ ਜਿਸ ਬਾਤ ਨੂੰ ਜਿਸ ਮਕਸਦ ਵਾਸਤੇ ਬਿਆਨ ਕੀਤਾ ਜਾਵੇ ਖੁਦਾ ਰਾ ਉਸਨੂੰ ਉਸੇ ਮਕਸਦ ਵਾਸਤੇ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਮਜ਼ੀਦ ਖਰਾਬੀਆਂ ਜਿਹੜੀਆਂ ਉਹ ਪੈਦਾ ਨਾ ਹੋ ਸਕਣ ਜੀ ਅੱਲਾ ਸਦਕਾ ਮੁਹੰਮਦ ਵਾਲ ਬੈਤ ਮੁਹੰਮਦ ਅਲੈਹਿ ਸਲਾਤੁ ਵਸਲਾਮ ਦਾ ਸਾਨੂੰ ਹੱਕ ਸਮਝਣ ਦੀ ਮਾਲਿਕ ਤੋਫੀਕ ਅਤਾ ਫਰਮਾਵੇ ਜੀ।